بسم الله الرحمن الرحیم. السلام علیکم ورحمۃ اللہ وبرکاتہ. میرے سب دوست بزرگ بھائی خرید رہا ہوں، اللہ پاک حضور دعا ہے کہ مالک صاحب اپنے حفظ و امان سے رکھے. دوستوں، ایک بھائی کا کمنٹ سے کہا کہ میرا مرغا جڑا وا کھانا پینا کرا گیا وا، ہاضمہ اس کا درست نہیں ہے گا، بٹھا بھی وہ سخت نے، مطلب کہ بالہضمی کی بھی شکایت اس ہو رہی ہے، نال خوراک کی کمی کا بھی ہو رہا وا. تو دوستو، ایک چیز خاص ہے اور وہ یہ ہے کہ اس طرح کا اگر کوئی بھی سمٹم کسی بھی بیماری کے متعلق تینوں نظر آدھے وا، ਉਹਨੂੰ ਕਦੀ ਵੀ ਲਾਈਟ ਨਹੀਂ ਲੈਣਾ, ਉਹਨੂੰ ਸੀਰੀਅਸ ਹੋ ਕੇ ਸੰਜੀਦਾ ਹੋ ਕੇ ਲੈਣਾ, ਕਿਉਂਕਿ ਇਹੀ ਛੋਟੇ ਛੋਟੇ ਪੁਆਇੰਟ ਜਿਹੜੇ ਮਿਲ ਕੇ ਬਾਅਦ 'ਚ ਬਹੁਤ ਵੱਡੀ ਬਿਮਾਰੀ ਦੀ ਸ਼ਕਲ ਇਖਤਿਆਰ ਕਰਦੇ ਨੇ, ਕਿਉਂਕਿ ਪਰਿੰਦੇ ਦੀ ਕੂਹ ਦੇ ਮੁਤਾਬਕ ਕਮਜ਼ੋਰ ਹੋ ਜਾਂਦੀ ਹੈ ਔਰ ਇੱਕ ਤੋਂ ਬਾਅਦ ਦੂਸਰੀ ਬਿਮਾਰੀ ਉਹਦੇ 'ਤੇ ਅਟੈਕ ਕਰਦੀ ਹੈ ਔਰ ਜਿਹਦੇ 'ਚ ਸਭ ਤੋਂ ਆਖਰੀ ਮਰਹਲਾ ਜਿਹੜਾ ਵਾ ਜਿਹੜਾ ਕਿ ਰਾਣੀ ਖੇਤ ਦੀ ਸ਼ਕਲ ਦੇ ਵਿੱਚ ਜ਼ਾਹਰ ਹੁੰਦਾ ਵਾ ਔਰ ਪਰਿੰਦਾ ਐਕਸਪਾਇਰ ਹੋ ਜਾਂਦਾ ਵਾ. ਔਰ ਉਸਦਾ ਸਵਾਲ ਦੇ ਵਿੱਚ ਇਹ ਸੀਗਾ ਕਿ ਉਹ ਕਹਿੰਦਾ ਸੀ ਕੋਈ ਦੇਸੀ ਨੁਸਖਾ ਦੱਸ ਦਿਓ. ਦੋਸਤੋ, ਜਨਮ ਦੇਸੀ ਔਰ ਵਲੈਤੀ ਦੋਨੋਂ ਹੀ ਮੈਡੀਸਨ ਔਰ ਦੇਸੀ ਦੋਨੋਂ ਹੀ ਨੁਸਖੇ ਦੱਸਾਂਗਾ ਔਰ ਇਨਸ਼ਾਅੱਲਾ ਉਹਦੇ ਨਾਲ ਪਰਿੰਦੇ ਨੂੰ ਅਫਾਕਾ ਹੋਏਗਾ ਔਰ ਤੁਸੀਂ ਵੀ ਕਹੋਗੇ ਕਿ ਹਾਂ ਠੀਕ ਹੈ, ਕੰਮ ਦੇ ਨੇ ਜਿਹੜੇ ਕਿ ਨੁਸਖੇ ਆ. ਸਭ ਤੋਂ ਪਹਿਲੇ ਤਾਂ ਦੁੱਧ ਲੈ ਲੈਣਾ ਵਾ, ਦੁੱਧ ਦੇ ਵਿੱਚ ਹਲਕੀ ਜਿਹੀ ਚੀਨੀ ਪਾ ਕੇ ਦੁੱਧ ਮਿੱਠਾ ਕਰ ਲੈਣਾ ਵਾ ਔਰ ਉਹ ਦੁੱਧ ਦੀ ਮਿਕਦਾਰ 10 cc ਰੱਖਣੀ. 10 cc ਦੁੱਧ, 3 cc ਦਹੀਂ ਲੈ ਲੈਣਾ, ਦੋਨੋਂ ਹੀ ਮਿਕਸ ਕਰ ਲੈਣੇ ਆ. 2-3 ਪੱਤੇ ਪੁਦੀਨੇ ਦੇ ਲੈ ਲੈਣੇ ਆ, ਉਹਨਾਂ ਨੂੰ ਅੱਛੇ ਤਰੀਕੇ ਨਾਲ, ਮਤਲਬ ਪਹਿਲੇ ਥੋੜ੍ਹਾ ਜਿਹਾ ਪੁਦੀਨਾ ਮਿਕਦਾਰ ਲੈ ਕੇ ਉਹਨੂੰ ਅੱਛੇ ਤਰੀਕੇ ਨਾਲ ਕੁਰਾਈ ਉਹਦੀ ਕਰਕੇ ਚਟਨੀ ਵਾਂਗੂ ਤਿਆਰ ਕਰ ਲੈਣਾ, ਮਤਲਬ ਬਰੀਕ ਗ੍ਰੈਂਡ ਕਰ ਲੈਣਾ, ਚਾਹੇ ਗ੍ਰੈਂਡਰ 'ਚ ਪਾ ਕੇ ਕਰ ਲਓ. ਇਤਨੀ ਕੁ ਮਿਕਦਾਰ ਉਹਦੀ ਅੱਛੀ ਪੁਦੀਨੇ ਦੀ ਸ਼ਾਮਿਲ ਕਰ ਲੈਣੀ ਹੈ. ਖੁਦ ਖਾ ਲਏ ਠੀਕ ਹੈ, ਨਾ ਖਾਵੇ, ਅਮੂਮਨ ਜਿਹੜੇ ਪਰਿੰਦੇ ਨਹੀਂ ਖਾਂਦੇ ਹੈਗੇ, ਬਹੁਤ ਘੱਟ ਪਰਿੰਦੇ ਆ ਜਿਹੜਾ ਕੋਈ ਅਗਰ ਖਾਣਗੇ ਤਾਂ ਬਹੁਤ ਛੋਟੀ ਮਿਕਦਾਰ ਖਾ ਲੈਣਗੇ, ਲੇਕਿਨ ਪੂਰਾ ਨਹੀਂ ਇਸਤੇਮਾਲ, ਮਤਲਬ ਜ਼ਾਇਆ ਜ਼ਿਆਦਾ ਹੋ ਜਾਂਦਾ. ਇਸ ਵਾਸਤੇ ਜ਼ਰੂਰੀ ਹੈ ਕਿ ਸਾਡੀ ਮਖਸੂਸ ਜੀ ਕਾਊਂਟਿੰਗ ਹੋਣੀ ਹੈ, 13 cc, ਉਹ 14 ਜਾਂ 15 cc ਤੱਕ ਮਿਕਦਾਰ ਬਣ ਜਾਣੀ ਹੈ. ਹੁਣ ਸਰਿੰਜ ਭਰ ਕੇ ਪਾਈਪ ਜਿਹਦੇ ਅੱਗੇ ਲੱਗਾ ਹੁੰਦਾ ਸਾਰੀ ਨਾਲੀ ਤੋਂ ਟਪਾ ਕੇ ਅੱਗੇ ਉਹਨੂੰ ਪਿਲਾ ਦੇਣਾ ਹੈ ਔਰ ਇਹ 6 ਦਿਨ. ਇੱਕ ਚੀਜ਼ ਵਿੱਚ ਖਾਸ ਤੌਰ 'ਤੇ ਦੋਸਤੋ, ਛੋਟੇ ਛੋਟੇ ਮਾਮਲਿਆਂ ਦੀ ਵੀ ਜਿਹੜੀ ਹੈ ਨਾ ਟ੍ਰੀਟਮੈਂਟ, ਇਹ ਵੀ ਟਾਈਮ ਲੈਂਦਾ ਵਾ, ਲੇਕਿਨ ਇਹ ਜਿਹੜੀਆਂ ਚੀਜ਼ਾਂ ਨਾ ਅਕਸਰ ਦੋਸਤ ਕਹਿ ਦਿੰਦੇ ਜੀ ਫਲਾਂ ਬਿਮਾਰੀ ਦਾ ਇਲਾਜ ਇੰਨੇ ਦਿਨਾਂ 'ਚ, ਆਹ ਬਿਮਾਰੀ ਦਾ ਇਲਾਜ ਇੰਨੇ ਦਿਨਾਂ 'ਚ, ਮਤਲਬ ਕਿ ਸੁਬਾਹ ਨੂੰ ਗੋਲੀ ਦਿਓ, ਸ਼ਾਮ ਨੂੰ ਠੀਕ, 1 ਦਿਨ 'ਚ ਇਲਾਜ, 24 ਘੰਟਿਆਂ 'ਚ ਇਲਾਜ, 6 ਘੰਟਿਆਂ 'ਚ ਇਲਾਜ, 2 ਘੰਟਿਆਂ 'ਚ ਇਲਾਜ, ਇਸ ਤਰ੍ਹਾਂ ਦਾ ਨਹੀਂ ਹੁੰਦਾ. ਕਿਉਂਕਿ ਡਿਸਪ੍ਰੀਨ ਦੀ ਗੋਲੀ ਵੀ ਇਸਤੇਮਾਲ ਅਗਰ ਤੁਸੀਂ ਕਰਦੇ ਜੇ ਇਨਸਾਨੀ ਆਪਣੇ ਤੌਰ 'ਤੇ, ਤਾਂ ਕੋਈ ਵੀ ਇੰਨੀ ਛੇਤੀ ਰਿਐਕਟ ਨਹੀਂ ਕਰਦੀ ਜਿੰਨੀ ਕਿ ਇਹ ਮੈਡੀਸਨ ਦੱਸਦੇ ਆ ਔਰ ਇੱਕ ਵੱਡੇ ਵੱਡੇ ਲੈਵਲ ਦੀ ਬਿਮਾਰੀ ਨੂੰ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਕਵਰ ਕਰ ਰਹੇ ਨੇ. ਡਿਸਪ੍ਰੀਨ ਦੀ ਗੋਲੀ ਵੀ ਖਾਓ ਨਾ, ਉਹ ਵੀ ਕੋਈ 10-15 ਮਿੰਟ ਸਿਰ ਦਰਦ ਵਾਸਤੇ, ਜਾਂ ਪੈਨਾਡੋਲ ਲੈ ਲਓ, ਉਹ ਵੀ ਕੋਈ 15 ਮਿੰਟ ਅੱਧਾ ਘੰਟਾ ਲਾ ਦੇ. ਔਰ ਹੁਣ ਪਰਿੰਦਾ ਪੈਰਾਂ ਤੋਂ ਬਹਿ ਗਿਆ ਜੀ, ਰਾਤ ਨੂੰ ਗੋਲੀ ਦਿਓ, ਸੁਬਾਹ ਨੂੰ ਫਿਟ. ਯਾਰ ਕਮਾਲ ਨਹੀਂ ਕਰ ਦਿੰਦੇ ਵੈਸੇ ਆ. ਖੈਰ ਅੱਲਾ ਭਲਾ ਕਰੇ ਉਹਨਾਂ ਦਾ. ਅਸੀਂ ਚੱਲਦੇ ਹਾਂ ਆਪਣੇ ਦੂਸਰੇ ਨੁਸਖੇ ਵੱਲ. ਇਹ ਤੁਸੀਂ ਦੇ ਤਾ, ਇਹ ਤੁਸੀਂ ਸ਼ਾਮ ਨੂੰ ਦੇਣਾ ਜਿਹੜੇ ਪਰਿੰਦਾ ਬੰਦ ਕਰਨਾ ਵਾ ਉਸ ਲਈ ਦੇਣਾ ਵਾ. ਪਹਿਲੇ 2-3 ਦਿਨ ਅਗਰ ਤੇ ਪਰਿੰਦੇ ਤੁਹਾਡੇ ਕੋਲ ਛੋਟੀ ਮਿਕਦਾਰ ਦੇ ਵਿੱਚ ਨੇ, ਜਾਂ ਤੁਸੀਂ ਉਹਨਾਂ ਦਾ ਫਰਕ ਰੱਖ ਸਕਦੇ ਜੇ, ਤੇ ਨਰਮ ਗਿਜ਼ਾ ਦਿਓ ਉਹਨਾਂ ਨੂੰ, ਤੇ ਕੋਸ਼ਿਸ਼ ਕਰੋ ਕਿ ਪੋਟ ਫੁੱਲ ਭਰੇ ਨਾ, ਥੋੜ੍ਹਾ ਨਰਮ ਰਵੇ ਔਰ ਨਰਮ ਗਿਜ਼ਾ ਦਿਓ. ਜਿਸ ਤਰ੍ਹਾਂ ਕਿ ਦੁੱਧ 'ਚ ਰਸ ਭੇਂ ਕੇ ਦੇ ਦਿੱਤਾ, ਜਾਂ ਇਸ ਤਰ੍ਹਾਂ ਦੀਆਂ ਕੁਛ ਚੀਜ਼ਾਂ ਹੋਰ ਦੇ ਦਿੱਤੀਆਂ, ਪੈਨ ਬ੍ਰਿਟਨ ਇਹ ਦੇ ਦਿੱਤੇ, ਨਾਲ ਇਹਦੀ ਤਸਵੀਰ ਲਗਾ ਦਿੱਤੀ ਦੋਸਤਾਂ ਦੀ ਆਸਾਨੀ ਲਈ. ਇੱਕ ਕੈਪਸੂਲ 250 mg ਇੱਕ ਕੈਪਸੂਲ ਦੇਣਾ ਵਾ, ਔਰ ਦੂਸਰਾ ਕੈਪਸੂਲ ਉਹਦੀ ਵੀ ਤਸਵੀਰ ਨਾਲ ਲਾ ਦਿੱਤੀ, ਆਕਸੀ ਟੈਟਰਾ ਸਾਈਕਲਿਨ 250 mg ਦੇ ਵਿੱਚ ਇੱਕ ਕੈਪਸੂਲ ਇਹ ਦੇਣਾ ਵਾ. ਤਿੰਨੇ ਚੀਜ਼ਾਂ ਹੀ ਤੁਸੀਂ ਰਾਤ ਨੂੰ ਹੀ ਦੇਣੀਆਂ,
ਪਰਿੰਦਾ ਬੰਦ ਕਰਨ ਲੱਗੇ ਹਾਂ, ਦੋ ਕੈਪਸੂਲ ਅਤੇ ਇਹ ਦੇਸੀ ਫਾਰਮੂਲਾ ਇਹ ਦੇ ਦਿਓ 5 ਤੋਂ 6 ਦਿਨ ਦੇ ਵਿੱਚ। ਪਰਿੰਦਾ ਪਹਿਲੇ 2 ਤੋਂ 3 ਦਿਨ ਜਿਹੜਾ ਵਾ ਇਹਦੀ ਖੁਰਾਕ ਨਰਮ ਰੱਖਣੀ ਹੈ, ਔਰ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਵਾਪਸ ਇਹਦੀ ਰੂਟੀਨ ਖੁਰਾਕ ਦੇ ਉੱਤੇ ਤੁਸੀਂ ਲੈ ਆਉਣਾ, ਔਰ ਉਹਦੇ ਵਿੱਚ ਜਿਹੜਾ ਕਿ 5 ਤੋਂ 6 ਦਿਨ ਤੋਂ ਬਾਅਦ ਪਰਿੰਦਾ ਤੁਹਾਡਾ ਬਿਲਕੁਲ ਫਰੈਸ਼ ਔਰ ਫਿੱਟ ਹੋ ਜਾਏਗਾ, ਔਰ ਇਹਦੇ ਨਾਲ ਉਹਦੀ ਜਿਹੜੀ ਟੈਂਪਰੇਚਰ, ਹੀਟ, ਅੰਦਰ ਅੰਦਰੂਨੀ ਗਰਮੈਸ਼ ਜਾਂ ਬਾਕੀ ਦੇ ਛੋਟੇ ਛੋਟੇ ਮਾਮਲਾ ਜਿਹੜੇ ਆ, ਕਿਉਂਕਿ ਆਕਸਾ ਟੈਟਰਸੈਟਲੀਨ ਜਿਹੜਾ ਵਾ ਇਹ ਐਂਟੀਬਾਇਓਟਿਕ ਵਿੱਚ ਵੀ ਸ਼ੁਮਾਰ ਹੁੰਦਾ, ਅਗਰ ਮਜ਼ੀਦ ਵੀ ਕੋਈ ਇਨਫੈਕਸ਼ਨ ਹੈ, ਕੋਈ ਵੀ ਮਸਲਾ ਵਾ, ਉਹ ਇਹਨੂੰ ਰਿਕਵਰੀ ਕਰਾਏਗਾ। ਔਰ ਦੋਸਤੋ ਅਗਰ ਵੀਡੀਓ ਅੱਛੀ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਾ, ਬੈਲ ਆਈਕਨ ਦਬਾ ਦੇਣਾ, ਔਰ ਇੱਕ ਅੱਛਾ ਜਿਹਾ ਕਮੈਂਟ ਲਾਜ਼ਮੀ ਕਰਨਾ, ਉਹ ਚਾਹੇ ਤੁਹਾਨੂੰ ਉਹਦੇ 'ਚ ਫਾਇਦਾ ਨੁਕਸਾਨ ਕੋਈ ਵੀ ਕਿਸੇ ਵੀ ਕਿਸਮ ਦਾ ਆਪਣਾ ਰਿਐਕਸ਼ਨ ਜਿਹੜਾ ਵਾ ਉਹ ਲਾਜ਼ਮੀ ਕਿਸੇ ਵੀ ਚੈਨਲ 'ਤੇ ਤੁਸੀਂ ਕਿਸੇ ਵੀ ਵੀਡੀਓ ਦੇਖਦੇ ਜੇ, ਅਗਰ ਤੁਹਾਨੂੰ ਵੀਡੀਓ ਜ਼ਰਾ ਵੀ ਕੰਮ ਦੀ ਲੱਗਦੀ ਹੈ ਜਾਂ ਤੁਹਾਡੇ ਫਾਇਦੇਮੰਦ ਹੈ, ਤੁਹਾਨੂੰ ਕੁਛ ਸਿੱਖਣ ਨੂੰ ਮਿਲਦਾ ਵਾ, ਤਾਂ ਉਹਦੇ 'ਤੇ ਲਾਜ਼ਮੀ ਆਪਣੀ ਰਾਏ ਦਾ ਇਜ਼ਹਾਰ ਕਰਕੇ ਜਾਓ, ਚਾਹੇ ਉਹਦੇ 'ਚ ਤੁਹਾਨੂੰ ਨਾ ਵੀ ਮੁਨਾਸਿਬ ਲੱਗੇ ਕਿ ਵੀਡੀਓ ਚੀਜ਼ ਬੇਕਾਰ ਹੈ ਜੀ, ਨਹੀਂ ਮੁਨਾਸਿਬ, ਉਹਦੇ ਮੁਤਬਾਦਲ ਤੌਰ 'ਤੇ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰੋ ਕਿ ਨਹੀਂ ਜੀ ਇਸ ਬਿਮਾਰੀ ਦੇ ਉੱਤੇ ਇਹ ਚੀਜ਼ ਨਹੀਂ, ਆਹ ਚੀਜ਼ ਜ਼ਿਆਦਾ ਫਾਇਦੇਮੰਦ। ਕੱਲ੍ਹ ਮੈਂ ਉਹਨੂੰ ਇਜਾਜ਼ਤ ਦਿਓ, ਮਿਲਦੇ ਹਾਂ ਕਿਸੇ ਨਵੇਂ ਟੌਪਿਕ 'ਤੇ ਨਈ ਵੀਡੀਓ ਵਿੱਚ, ਤਦ ਤੱਕ ਆਪਣਾ ਔਰ ਆਪਣੇ ਸ਼ੌਕ ਦਾ ਬਹੁਤ ਸਾਰਾ ਖਿਆਲ ਰੱਖਣਾ, ਅੱਲਾ ਨਹੀਂ।